फेसबुक व्हाट्सएप या इंस्टाग्राम दी डीपी दी फोटो हमेशा गोल क्यों हुंदी है हेडफोन दे विच ए होल क्यों हुंदे ने ए नॉर्मल जी दिखण वाली पार्किंग नू अबानी भी क्यों नहीं खरीद सकदा असी किस तरह पता लगा सकदे हां कि साडी उम्र किन्नी होवेगी अजिही रोचक तत्थ जानने लई जुड़ रहो मेरा नाम मैं तुहाडा हो जसप्रीत सिंह ते तुसीं देख रहे हो ज्योति टीवी। एक बहुत ही दिलचस्प फैक्ट है कि जेकर तुसी अपने एक पैर ते 10 सेकंड तो भी वध समय तक खड़े रहंदे हो तां इस दे बहुत ज्यादा चांस ने कि तुहाडी उम्र लंबी होवेगी। नाले भी गल जरूरी है कि जेकर ए इंसान दी एक्सीडेंट दे विच मौत नहीं हुंदी तां इस दे बहुत ज्यादा चांस ने कि ए इंसान लंबी अते सेहतमंद जिंदगी जीवेगा। ਤੁਸੀਂ ਟੀਵੀ ਨਾਟਕ ਜਾਂ ਫਿਲਮਾਂ ਦੇ ਵਿੱਚ ਇਹ ਚੀਜ਼ ਜ਼ਰੂਰ ਦੇਖੀ ਹੋਵੇਗੀ ਕਿ ਸਾਹਮਣੇ ਵਾਲੇ ਇਨਸਾਨ ਦੇ ਕਈ ਵਾਰ ਬਹੁਤ ਸੋਹਣੇ ਕੱਪੜੇ ਪਾਏ ਹੁੰਦੇ ਨੇ। ਜੇਕਰ ਤੁਸੀਂ ਵੀ ਉਸ ਤਰ੍ਹਾਂ ਦੇ ਕੱਪੜੇ ਖਰੀਦਣਾ ਚਾਹੁੰਦੇ ਹੋ ਤਾਂ ਉਸ ਦੇ ਲਈ ਇੱਕ ਐਪ ਹੈ burnontv.com। ਜਿਸ ਤਰ੍ਹਾਂ ਦੀ ਡਰੈਸ ਨੂੰ ਤੁਸੀਂ ਟੀਵੀ ਅਤੇ ਫਿਲਮਾਂ ਦੇ ਵਿੱਚ ਦੇਖਿਆ ਹੈ ਬਿਲਕੁਲ ਉਸ ਤਰ੍ਹਾਂ ਦੀ ਡਰੈਸ ਹੀ ਤੁਹਾਨੂੰ ਇਸ ਸਾਈਟ ਦੇ ਉੱਪਰ ਜਾ ਕੇ ਮਿਲ ਜਾਵੇਗੀ। ਤੁਸੀਂ ਕਿਸੇ ਵੀ ਤਰ੍ਹਾਂ ਦੇ ਸ਼ਾਪਿੰਗ ਮਾਲ ਜਾਂ ਚੇਂਜਿੰਗ ਰੂਮ ਦੇ ਵਿੱਚ ਜਾ ਕੇ ਜਦੋਂ ਸ਼ੀਸ਼ੇ ਨੂੰ ਦੇਖਦੇ ਹੋ ਤਾਂ ਤੁਸੀਂ ਇੱਕ ਵਾਰ ਉਹ ਸ਼ੀਸ਼ੇ ਦੇ ਉੱਪਰ ਆਪਣੀ ਉਂਗਲ ਜ਼ਰੂਰ ਰੱਖਿਓ। ਜੇਕਰ ਤੁਹਾਡੀ ਅਸਲੀਅਤ ਸ਼ੀਸ਼ੇ ਦੇ ਉੱਪਰ ਰੱਖੀ ਹੋਈ ਉਂਗਲ ਦੇ ਵਿਚਕਾਰ ਥੋੜਾ ਬਹੁਤਾ ਫਰਕ ਆ ਰਿਹਾ ਹੈ ਤਾਂ ਇਸ ਦਾ ਮਤਲਬ ਹੈ ਕਿ ਸ਼ੀਸ਼ਾ ਬਿਲਕੁਲ ਸਹੀ ਹੈ। ਜੇਕਰ ਤੁਹਾਡੀਆਂ ਦੋਨਾਂ ਉਂਗਲਾਂ ਦੇ ਵਿਚਕਾਰ ਫਰਕ ਨਹੀਂ ਆ ਰਿਹਾ ਮਤਲਬ ਕਿ ਤੁਹਾਡੀ ਸ਼ੀਸ਼ੇ ਦੇ ਉੱਪਰ ਰੱਖੀ ਹੋਈ ਉਂਗਲੀ ਤੇ ਰਿਫਲੈਕਸ਼ਨ ਵਾਲੀ ਉਂਗਲੀ ਬਿਲਕੁਲ ਇੱਕ ਦੂਜੇ ਨਾਲ ਟੱਚ ਹੋ ਰਹੀਆਂ ਨੇ ਤਾਂ ਇਸ ਦਾ ਮਤਲਬ ਇਹ ਹੈ ਕਿ ਇਹ ਇੱਕ ਪਾਸੇ ਵਾਲਾ ਸ਼ੀਸ਼ਾ ਹੈ ਮਤਲਬ ਕਿ ਸ਼ੀਸ਼ੇ ਦੇ ਉਸ ਪਾਰ ਤੋਂ ਤੁਹਾਨੂੰ ਕੋਈ ਵੀ ਦੇਖ ਸਕਦਾ ਹੈ। ਜਦੋਂ ਸਾਡੀ ਕੋਈ ਲੋਟਰੀ ਨਿਕਲ ਜਾਂਦੀ ਹੈ ਤਾਂ ਸਾਡੇ ਨਾਲੋਂ ਜ਼ਿਆਦਾ ਖੁਸ਼ ਸਾਡੇ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਹੁੰਦੇ ਨੇ ਕਿਉਂਕਿ ਹੁਣ ਉਹ ਸਾਡੇ ਤੋਂ ਪੈਸੇ ਮੰਗ ਸਕਦੇ ਨੇ। ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਣ ਦੇ ਲਈ ਜਮਾਇਕਾ ਦੇ ਵਿੱਚ ਇੱਕ ਆਦਮੀ ਦੀ ਜਦੋਂ ਲੋਟਰੀ ਨਿਕਲੀ ਤਾਂ ਉਹ ਲੋਟਰੀ ਦਾ ਪੈਸਾ ਲੈਣ ਲਈ ਭੂਤ ਵਾਲਾ ਮਾਸਕ ਆਪਣੇ ਮੂੰਹ ਦੇ ਉੱਪਰ ਪਾ ਕੇ ਗਿਆ ਤਾਂ ਕਿ ਉਸਦਾ ਕੋਈ ਵੀ ਦੋਸਤ ਜਾਂ ਰਿਸ਼ਤੇਦਾਰ ਉਸ ਨੂੰ ਪਹਿਚਾਣ ਨਾ ਸਕੇ। ਅਜਿਹਾ ਉਸਨੇ ਇਸ ਲਈ ਕੀਤਾ ਕਿਉਂਕਿ ਜੇਕਰ ਉਸਦੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਨੂੰ ਪਤਾ ਲੱਗ ਜਾਂਦਾ ਕਿ ਉਸਦੀ ਲਾਟਰੀ ਨਿਕਲੀ ਹੈ ਤਾਂ ਉਹਨਾਂ ਨੇ ਉਸ ਤੋਂ ਪੈਸੇ ਜ਼ਰੂਰ ਮੰਗਣੇ ਸਨ। ਇਸ ਚੂਹੇ ਨੇ ਇਸ ਵਿਅਕਤੀ ਦੇ ਪੂਰੇ ਘਰ ਨੂੰ ਅੱਗ ਲਗਾ ਦਿੱਤੀ ਕਿਉਂਕਿ ਇਸ ਵਿਅਕਤੀ ਦੇ ਘਰ ਦੇ ਬਾਹਰ ਕਾਫੀ ਜ਼ਿਆਦਾ ਸੁੱਕੇ ਪੱਤੇ ਪਏ ਹੋਏ ਸਨ। ਇਸ ਇਨਸਾਨ ਨੇ ਇਹਨਾਂ ਸਾਰੇ ਪੱਤਿਆਂ ਨੂੰ ਇਕੱਠਾ ਕੀਤਾ ਤੇ ਇਹਨਾਂ ਨੂੰ ਇਕੱਠੇ ਕਰਨ ਤੋਂ ਬਾਅਦ ਉਸਨੇ ਇਹਨਾਂ ਪੱਤਿਆਂ ਦੇ ਢੇਰ ਨੂੰ ਅੱਗ ਲਗਾ ਦਿੱਤੀ। ਇਸ ਤੋਂ ਬਾਅਦ ਇਹ ਇਨਸਾਨ ਨੇ ਦੇਖਿਆ ਕਿ ਪੱਤਿਆਂ ਦੇ ਆਲੇ ਦੁਆਲੇ ਇੱਕ ਚੂਹਾ ਫੈਲ ਰਿਹਾ ਹੈ ਤਾਂ ਇਸਨੇ ਮਸਤੀ ਦੇ ਮਾਰੇ ਉਸ ਚੂਹੇ ਨੂੰ ਫੜ ਕੇ ਅੱਗ ਦੇ ਵਿੱਚ ਸੁੱਟ ਦਿੱਤਾ ਤੇ ਚੂਹੇ ਨੂੰ ਜਦੋਂ ਅੱਗ ਦਾ ਸੇਕ ਲੱਗਿਆ ਤਾਂ ਉਹ ਅੱਗ ਤੋਂ ਬਚਣ ਦੇ ਲਈ ਭੱਜ ਕੇ ਇਸ ਇਨਸਾਨ ਦੇ ਹੀ ਘਰ ਦੇ ਵਿੱਚ ਵੜ ਗਿਆ ਜਿਸ ਕਾਰਨ ਇਹ ਇਨਸਾਨ ਦਾ ਪੂਰਾ ਘਰ ਅੱਗ ਨਾਲ ਸੜ ਕੇ ਸੁਆਹ ਹੋ ਗਿਆ। ਇਸ ਲਈ ਕਿਹਾ ਜਾਂਦਾ ਹੈ ਜੈਸੀ ਕਰਨੀ ਵੈਸੀ ਭਰਨੀ। ਈਗਲ ਦੀਆਂ ਜਦੋਂ ਤੁਸੀਂ ਜ਼ਿਆਦਾਤਰ ਫੋਟੋਆਂ ਦੇਖੋਗੇ ਤਾਂ ਉਹ ਸਾਈਡ ਵਿਊ ਹੁੰਦੇ ਨੇ ਜਾਨਕਿ ਈਗਲ ਦੀ ਫੋਟੋ ਨੂੰ ਸਾਈਡ ਤੋਂ ਖਿੱਚਿਆ ਹੁੰਦਾ ਹੈ ਤੇ ਇਹਨਾਂ ਸਾਈਡ ਵਿਊ ਵਾਲੀ ਫੋਟੋ ਦੇ ਵਿੱਚ ਈਗਲ ਦੇਖਣ ਨੂੰ ਵੀ ਕਾਫੀ ਜ਼ਿਆਦਾ ਖਤਰਨਾਕ ਲੱਗਦੀ ਹੈ ਪਰ ਜੇਕਰ ਤੁਸੀਂ ਕਿਸੇ ਈਗਲ ਨੂੰ ਸਾਹਮਣੇ ਤੋਂ ਦੇਖੋਗੇ ਤਾਂ ਉਹ ਕੁਝ ਇਸ ਤਰ੍ਹਾਂ ਦੀ ਦਿਖਾਈ ਦੇਵੇਗੀ ਜਿਹੜੀ ਕਿ ਦੇਖਣ ਨੂੰ ਕੁਝ ਖਾਸ ਨਹੀਂ ਲੱਗ ਰਹੀ। ਇਸ ਲਈ ਵੱਡੇ ਤੋਂ ਵੱਡੇ ਫੋਟੋਗ੍ਰਾਫਰ ਵੀ ਈਗਲ ਦੀ ਫੋਟੋ ਨੂੰ ਹਮੇਸ਼ਾ ਸਾਈਡ ਤੋਂ ਲੈਂਦੇ ਨੇ। ਇਹ ਦੁਨੀਆ ਦਾ ਸਭ ਤੋਂ ਡੂੰਘਾ ਪੋਸਟ ਆਫਿਸ ਜਾਪਾਨ ਦੇ ਸ਼ਿਮਾਸ਼ੀ ਦੇ ਵਿੱਚ ਹੈ। ਹੁਣ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਇੰਨੇ ਡੂੰਘੇ ਪੋਸਟ ਆਫਿਸ ਦੇ ਅੰਦਰ ਵੀ ਕੀ ਕੋਈ ਇਨਸਾਨ ਲੈਟਰ ਪਾਉਣ ਲਈ ਜਾਂਦਾ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਦੇ ਅੰਦਰ ਕਾਫੀ ਲੋਕ ਲੈਟਰ ਪਾਉਂਦੇ ਹਨ। ਇਹ ਇੱਕ ਤਰ੍ਹਾਂ ਦੇ ਨਾਲ ਹੁਣ ਉੱਥੇ ਟੂਰਿਸਟ ਸਪੌਟ ਬਣ ਗਿਆ ਹੈ। ਇੰਨੇ ਡੂੰਘੇ ਲੈਟਰ ਬਾਕਸ ਦੇ ਅੰਦਰ ਹਰ ਰੋਜ਼ ਲੈਟਰ ਇਕੱਠੇ ਕਰਨ ਦੇ ਲਈ ਪੋਸਟਮੈਨ ਵੀ ਜਾਂਦਾ ਹੈ। MIT ਦੇ ਵਿਦਿਆਰਥੀਆਂ ਨੇ ਇੱਕ ਕਮਾਲ ਦੀ ਜੈਕਟ ਬਣਾਈ ਹੈ। ਇਸ ਜੈਕਟ ਦਾ ਨਾਮ ਹੈ ਲਾਈਕ ਹੱਗ। ਇਹ ਜੈਕਟ ਤੁਹਾਡੇ ਸੋਸ਼ਲ ਮੀਡੀਆ ਤੇ ਫੋਨ ਦੇ ਨਾਲ ਕਨੈਕਟ ਹੁੰਦੀ ਹੈ। ਜੇਕਰ ਕੋਈ ਇਨਸਾਨ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਜਾ ਕੇ ਤੁਹਾਡੀ ਫੋਟੋ ਨੂੰ ਲਾਈਕ ਕਰਦਾ ਹੈ ਤਾਂ ਇਹ ਜੈਕਟ ਤੁਹਾਨੂੰ ਹੱਗ ਕਰਦੀ ਹੈ। ਇਸ ਜੈਕਟ ਦੇ ਅੰਦਰ ਇੱਕ ਖਾਸ ਤਰ੍ਹਾਂ ਦੀ ਵਾਇਰਿੰਗ ਕੀਤੀ ਗਈ ਹੈ ਜਿਸ ਦੇ ਕਾਰਨ ਹੀ ਤੁਹਾਨੂੰ ਅਜਿਹਾ ਮਹਿਸੂਸ ਹੁੰਦਾ ਹੈ ਕਿ ਜਿਵੇਂ ਤੁਹਾਨੂੰ ਕੋਈ ਹੱਗ ਕਰ ਰਿਹਾ ਹੋਵੇ। ਇਹ ਕੁੱਤੇ ਨੂੰ ਕਿਸੇ ਨੇ ਗੋਦ ਲੈਣਾ ਸੀ ਇਸ ਕਰਕੇ ਇਸ ਦੇ ਟਕਸੀਡੋ ਪਾਇਆ ਗਿਆ ਜਿਹੜਾ ਕਿ ਇੱਕ ਖਾਸ ਕਿਸਮ ਦਾ ਸੂਟ ਹੁੰਦਾ ਹੈ ਜਿਸ ਨੂੰ ਪਾ ਕੇ ਕੁੱਤਾ ਵੀ ਕਾਫੀ ਜ਼ਿਆਦਾ ਖੁਸ਼ ਸੀ ਅਤੇ ਆਪਣੇ ਮਾਲਕ ਦਾ ਇੰਤਜ਼ਾਰ ਕਰ ਰਿਹਾ ਸੀ ਜਿਹੜਾ ਇਸ ਨੂੰ ਖਰੀਦਣ ਆ ਰਿਹਾ ਸੀ ਪਰ ਬਦਕਿਸਮਤੀ ਦੇ ਨਾਲ ਉਸ ਦਾ ਮਾਲਕ ਇਸ ਨੂੰ ਖਰੀਦਣ ਨਹੀਂ ਆਇਆ। ਉਸ ਨੇ ਸਿਰਫ ਦੁਕਾਨਦਾਰ ਦੇ ਨਾਲ ਮਜ਼ਾਕ ਕੀਤਾ ਸੀ ਕਿ ਉਹ ਇਹ ਕੁੱਤੇ ਨੂੰ ਖਰੀਦਣ ਆ ਰਿਹਾ ਹੈ। ਇਸ ਤੋਂ ਬਾਅਦ ਇਹ ਦੁਕਾਨਦਾਰ ਨੇ ਭਰੇ ਮਨ ਦੇ ਨਾਲ ਇਹ ਕੁੱਤੇ ਦੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਦੇ ਉੱਪਰ ਪਾ ਦਿੱਤੀ ਤੇ ਜਿਸ ਦੇ ਕਾਰਨ ਇਹ ਕਾਫੀ ਜ਼ਿਆਦਾ ਵਾਇਰਲ ਵੀ ਹੋਈ ਸੀ। ਇਹ ਜਿਹੜਾ ਤੁਸੀਂ ਚਰਚ ਦੇਖ ਰਹੇ ਹੋ ਇਸ ਨੂੰ ਪੂਰੀ ਤਰ੍ਹਾਂ ਦੇ ਨਾਲ ਲੱਕੜੀ ਦੇ ਨਾਲ ਬਣਾਇਆ ਗਿਆ ਹੈ ਪਰ ਲੱਕੜੀ ਨੂੰ ਆਪਸ ਦੇ ਵਿੱਚ ਜੋੜਨ ਦੇ ਲਈ ਨਾ ਕਿਸੇ ਗਲੂ ਦੀ ਵਰਤੋਂ ਕੀਤੀ ਗਈ ਹੈ ਤੇ ਨਾ ਹੀ ਕਿਸੇ ਕਿੱਲ ਦੀ ਵਰਤੋਂ ਕੀਤੀ ਗਈ ਹੈ। ਇਹਨਾਂ ਸਾਰੀਆਂ ਲੱਕੜੀਆਂ ਨੂੰ ਇੰਟਰਲੌਕ ਤਕਨੀਕ ਦੇ ਨਾਲ ਜੋੜਿਆ ਗਿਆ ਹੈ। ਪਹਿਲਾਂ ਘਰਾਂ ਦੇ ਵਿੱਚ ਲੈਂਡਲਾਈਨ ਫੋਨ ਹੁੰਦੇ ਸਨ ਫਿਰ ਨੋਕੀਆ ਦੇ ਬਟਨ ਵਾਲੇ ਫੋਨ ਆ ਗਏ ਤੇ ਅੱਜ ਕੱਲ੍ਹ ਆਪਣੇ ਸਾਰਿਆਂ ਦੇ ਕੋਲ ਹੀ ਸਮਾਰਟ ਫੋਨ ਹਨ। ਇਸ ਤਰ੍ਹਾਂ ਟੀਵੀ ਵੀ ਪਹਿਲਾਂ ਅੰਟੀਨੇ ਵਾਲੇ ਹੁੰਦੇ ਸਨ ਤੇ ਅੱਜ ਕੱਲ੍ਹ ਉਹ ਸਮਾਰਟ ਟੀਵੀ ਬਣ ਗਏ ਪਰ ਅੱਜ ਵੀ ਇੱਕ ਚੀਜ਼ ਅਜਿਹੀ ਹੈ ਜਿਹੜੀ ਅੱਜ ਤੱਕ ਨਹੀਂ ਬਦਲੀ ਚਾਹੇ ਜ਼ਮਾਨਾ ਕਿੰਨਾ ਵੀ ਜ਼ਿਆਦਾ ਬਦਲ ਗਿਆ ਹੈ। ਇਹ ਨਾ ਬਦਲਣ ਵਾਲੀ ਚੀਜ਼ ਹੈ ਨੇਲ ਕਟਰ ਜਿਹੜੀ ਕਿ ਦਹਾਕਿਆਂ ਪਹਿਲਾਂ ਵੀ ਇਸ ਤਰ੍ਹਾਂ ਦੀ ਸੀ ਜਿਸ ਤਰ੍ਹਾਂ ਦੀ ਅੱਜ ਹੈ। 1800 ਈਸਵੀ ਦੇ ਵਿੱਚ ਜਿਹੜੀਆਂ ਕੁੜੀਆਂ ਹੁੰਦੀਆਂ ਸਨ ਉਹ ਆਪਣੀ ਸਿਹਤ ਦੀ ਬਿਲਕੁਲ ਵੀ ਨਾ ਪਰਵਾਹ ਕਰਕੇ ਅਜਿਹੀਆਂ ਡਰੈਸ ਪਾਉਂਦੀਆਂ ਸਨ ਜਿਵੇਂ ਕਿ ਹੁਣ ਤੁਸੀਂ ਇਸ ਫੋਟੋ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਇੱਕ ਮੈਟਲ ਦਾ ਕੇਜ ਹੈ ਜਿਹੜਾ ਇਸ ਕੁੜੀ ਨੇ ਪਾਇਆ ਹੋਇਆ ਹੈ। ਮੈਟਲ ਕੇਜ ਉਹ ਇਸ ਕਰਕੇ ਪਾਉਂਦੀਆਂ ਸਨ ਕਿਉਂਕਿ ਉਹ ਇਸ ਦੇ ਉੱਪਰ ਦੀ ਫਰਾਕ ਪਾਉਂਦੀਆਂ ਸਨ ਤੇ ਉਸ ਸਮੇਂ ਦਾ ਇਹ ਕਾਫੀ ਜ਼ਿਆਦਾ ਮਸ਼ਹੂਰ ਫੈਸ਼ਨ ਸੀ ਪਰ ਇਸ ਨੂੰ ਪਾਉਣ ਤੋਂ ਬਾਅਦ ਨਾ ਉਹ ਬੈਠ ਸਕਦੀਆਂ ਸਨ ਤੇ ਨਾ ਹੀ
ਜਿਹੜੀ ਤੁਸੀਂ ਪਾਰਕਿੰਗ ਦੇਖ ਰਹੇ ਹੋ ਇਹ ਇੱਕ ਅਜਿਹੀ ਪਾਰਕਿੰਗ ਹੈ ਜਿਸ ਨੂੰ ਦੁਬਈ ਦਾ ਪ੍ਰਿੰਸ ਵੀ ਨਹੀਂ ਖਰੀਦ ਸਕਦਾ। ਇਹ ਪਾਰਕਿੰਗ ਲੋਟ ਬਹੁਤ ਜ਼ਿਆਦਾ ਮਹਿੰਗਾ ਹੈ, ਪਰ ਇਹ ਕਿਸੇ ਕਿਸਮ ਦੀ ਕੋਈ ਖਾਸ ਪਾਰਕਿੰਗ ਨਹੀਂ ਹੈ, ਬਲਕਿ ਇੱਕ ਨਾਰਮਲ ਤਰ੍ਹਾਂ ਦੀ ਪਾਰਕਿੰਗ ਹੀ ਹੈ, ਪਰ ਇਸ ਦੀ ਲੋਕੇਸ਼ਨ ਦੇ ਕਾਰਨ ਇਹ ਬਹੁਤ ਜ਼ਿਆਦਾ ਖਾਸ ਬਣ ਜਾਂਦੀ ਹੈ। ਇਹ ਪਾਰਕਿੰਗ ਹਾਂਗਕਾਂਗ ਦੇ ਵਿੱਚ ਹੈ ਤੇ ਹਾਂਗਕਾਂਗ ਬਹੁਤ ਹੀ ਜ਼ਿਆਦਾ ਬਿਜੀ ਅਤੇ ਭੀੜ ਭੜੱਕੇ ਵਾਲਾ ਦੇਸ਼ ਹੈ। ਹਾਂਗਕਾਂਗ ਦੇ ਵਿੱਚ ਬਹੁਤ ਘੱਟ ਜਗ੍ਹਾ ਹੈ ਪਾਰਕਿੰਗ ਦੇ ਲਈ, ਇਸ ਕਰਕੇ ਦੁਨੀਆ ਦੀ ਸਭ ਤੋਂ ਮਹਿੰਗੀ ਪਾਰਕਿੰਗ ਵੀ ਹੈ ਤੇ ਇਸ ਦਾ ਨਾਮ ਗਿਨੀਜ਼ ਬੁੱਕ ਆਫ ਰਿਕਾਰਡ ਦੇ ਵਿੱਚ ਵੀ ਦਰਜ ਹੈ। ਕਈ ਵਾਰ ਇੱਥੇ ਪਾਰਕ ਕੀਤੀ ਹੋਈ ਗੱਡੀ ਦੇ ਨਾਲੋਂ ਇੱਥੋਂ ਦੀ ਪਾਰਕਿੰਗ ਟਿਕਟ ਮਹਿੰਗੀ ਹੁੰਦੀ ਹੈ। ਤੁਸੀਂ ਜਿਹੜੀ ਇਹ ਫੋਟੋ ਦੇਖ ਰਹੇ ਹੋ ਇਸ ਨੂੰ ਖਿੱਚਣ ਵਾਲਾ ਇਨਸਾਨ ਕਾਫੀ ਜ਼ਿਆਦਾ ਲੱਕੀ ਸੀ, ਕਿਉਂਕਿ ਇੱਕੋ ਵਾਰ ਦੇ ਵਿੱਚ ਹੀ ਇਸ ਫੋਟੋ ਦੇ ਵਿੱਚ 5 ਗ੍ਰਹਿ ਦਿਸ ਰਹੇ ਨੇ, ਉਹ ਵੀ ਇੱਕ ਹੀ ਟਾਈਮ ਤੇ ਇੱਕ ਹੀ ਲਾਈਨ ਦੇ ਵਿੱਚ। ਇਹ 18 ਸਾਲਾਂ 'ਚ ਇੱਕ ਵਾਰ ਹੋਇਆ ਹੈ ਤੇ ਫਿਰ ਤੋਂ ਇਹ ਕਦੋਂ ਹੋਵੇਗਾ ਇਸ ਦੀ ਕੋਈ ਗਰੰਟੀ ਨਹੀਂ ਹੈ। ਤੁਸੀਂ ਦੇਖਿਆ ਹੋਣਾ ਹੈ ਕਿ 에ਅਰਬਰਡਸ ਖਾਸ ਕਰਕੇ 에ਅਰਪੋਰਟਸ ਦੇ ਵਿੱਚ ਇਹ ਖਾਸ ਤਰ੍ਹਾਂ ਦੇ ਹੋਲ ਦਿੱਤੇ ਜਾਂਦੇ ਹਨ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹਨਾਂ ਦਾ ਕੰਮ ਕੀ ਹੁੰਦਾ ਹੈ? ਅਸਲ ਦੇ ਵਿੱਚ ਇਹ ਹੋਲ ਹਵਾ ਦੇ ਆਰ-ਪਾਰ ਜਾਣ ਲਈ ਬਣਾਏ ਜਾਂਦੇ ਨੇ, ਜਿਸ ਕਰਕੇ ਸਾਊਂਡ ਕੁਆਲਿਟੀ ਵਧੀਆ ਆਉਂਦੀ ਹੈ। ਜੇਕਰ ਇਹ ਹੋਲ ਨਹੀਂ ਹੋਣਗੇ ਤੇ ਹਵਾ ਅੰਦਰ ਤੇ ਬਾਹਰ ਸਰਕੂਲੇਟ ਨਹੀਂ ਕਰੇਗੀ, ਇਸ ਦੇ ਨਾਲ ਸਾਊਂਡ ਕੁਆਲਿਟੀ ਵੀ ਵਧੀਆ ਨਹੀਂ ਆਵੇਗੀ। ਇਸ ਦੇ ਨਾਲ ਹੀ ਇਹ ਹੋਲ ਬਾਹਰ ਵਾਲੀ ਆਵਾਜ਼ ਨੂੰ ਅੰਦਰ ਨਹੀਂ ਜਾਣ ਦਿੰਦੇ ਤੇ ਸਾਊਂਡ ਕੈਂਸਲੇਸ਼ਨ ਦਾ ਕੰਮ ਵੀ ਕਰਦੇ ਹਨ। ਤੁਸੀਂ ਦੇਖਿਆ ਹੀ ਹੋਣਾ ਹੈ ਕਿ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਦੇ ਉੱਪਰ ਜਿਹੜੀ ਪ੍ਰੋਫਾਈਲ ਪਿਕਚਰ ਹੁੰਦੀ ਹੈ ਉਹ ਹਮੇਸ਼ਾ ਗੋਲ ਹੁੰਦੀ ਹੈ, ਪਰ ਕੀ ਤੁਸੀਂ ਸੋਚਿਆ ਹੈ ਕਿ ਇਹ ਗੋਲ ਕਿਉਂ ਹੁੰਦੀ ਹੈ? ਪਹਿਲੀ ਗੱਲ ਤਾਂ ਇਹ ਕਿ ਪ੍ਰੋਫਾਈਲ ਪਿਕਚਰ ਹਮੇਸ਼ਾ ਤੋਂ ਗੋਲ ਨਹੀਂ ਹੁੰਦੀ ਸੀ, ਪਹਿਲਾਂ ਇਹ ਸਿਕਿਉਰ ਹੁੰਦੀ ਸੀ। ਇਸ ਦੀ ਸ਼ੁਰੂਆਤ ਫੇਸਬੁੱਕ ਤੋਂ ਹੀ ਹੋਈ ਸੀ, ਜਦੋਂ ਫੇਸਬੁੱਕ ਨੇ ਆਪਣੇ ਡਿਜ਼ਾਈਨ ਨੂੰ ਹੋਰ ਜ਼ਿਆਦਾ ਬਿਹਤਰ ਕੀਤਾ ਸੀ ਤਾਂ ਉਹਨਾਂ ਨੇ ਸਿਕਿਉਰ ਪ੍ਰੋਫਾਈਲ ਪਿਕਚਰ ਯਾਨੀ ਕਿ ਚੌਰਸ ਪ੍ਰੋਫਾਈਲ ਪਿਕਚਰ ਨੂੰ ਗੋਲ ਕਰ ਦਿੱਤਾ ਸੀ, ਕਿਉਂਕਿ ਹੁਣ ਇਹ ਸਿਕਿਉਰ ਪ੍ਰੋਫਾਈਲ ਪਿਕਚਰ ਦੇ ਨਾਲੋਂ ਗੋਲ ਪ੍ਰੋਫਾਈਲ ਪਿਕਚਰ ਕਾਫੀ ਜ਼ਿਆਦਾ ਵਧੀਆ ਲੱਗਦੀ ਸੀ। ਇਸ ਦੇ ਨਾਲ ਹੀ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਕਿ ਜਿਹੜੀ ਗੋਲ ਪ੍ਰੋਫਾਈਲ ਪਿਕਚਰ ਹੁੰਦੀ ਹੈ ਉਸ ਦੇ ਵਿੱਚ ਤੁਹਾਡੇ ਫੇਸ ਦੇ ਉੱਪਰ ਜ਼ਿਆਦਾ ਫੋਕਸ ਹੁੰਦਾ ਹੈ। ਇਸ ਤੋਂ ਬਾਅਦ ਇੰਸਟਾਗ੍ਰਾਮ ਅਤੇ ਵਟਸਐਪ ਨੇ ਵੀ ਇਹ ਚੀਜ਼ ਨੂੰ ਫੋਲੋ ਕੀਤਾ ਤੇ ਆਪਣੀ ਪ੍ਰੋਫਾਈਲ ਪਿਕਚਰ ਨੂੰ ਉਹਨਾਂ ਨੇ ਵੀ ਗੋਲ ਕਰ ਦਿੱਤਾ, ਕਿਉਂਕਿ ਇੰਸਟਾਗ੍ਰਾਮ ਅਤੇ ਵਟਸਐਪ ਵੀ ਫੇਸਬੁੱਕ ਦੇ ਹੀ ਹਨ। ਸਾਂਝੀ ਜਿਸ ਦੁਨੀਆ ਦੇ ਵਿੱਚ ਆਪਾਂ ਰਹਿੰਦੇ ਹਾਂ ਉਸ ਦੇ ਬਾਰੇ ਕੁਝ ਰੌਚਕ ਤੱਥ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਫੇਸਬੁੱਕ ਦੇ ਪੇਜ ਜੋ ਟੀਵੀ ਮੀਡੀਆ ਨੂੰ ਜ਼ਰੂਰ ਫੋਲੋ ਕਰਨਾ। ਧੰਨਵਾਦ।